ਸੇਖੂ ਸਾਹਿਬ ਘਰੇ ਹੋ? ਕੀ ਹਾਲ ਨੇ ਬਾਈ ਜੀ? ਉੱਪਰ ਜਿਹੜੇ ਬੈਠੇ ਹੋ ਹੈ? ਇਹ ਤਾਂ ਬਾਈ ਜੀ ਤੁਸੀਂ ਘਰੇ ਜੰਗਲ ਜਿਹਾ ਬਣਾਈ ਰੱਖਿਆ ਵਾ, ਪੂਰਾ ਜੰਗਲ ਲਾਇਆ ਘਰੇ ਹੈ। ਉਹ ਤੁਸੀਂ ਤਾਂ ਪਾਣੀ ਬੜਾ ਪਾ ਪਾ ਕੇ ਰੱਖਿਆ ਯਾਰ, ਬਹੁਤ ਪਾਣੀ ਵੇਸਟ ਕਰਦੇ ਹੋਵੋਗੇ ਬਾਈ। ਆਲਣੇ ਬੜੇ ਲਾਏ ਨੇ, ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਆਹ ਕੀ ਕਰਦੇ ਹੋ ਬਾਈ ਜੀ? ਕੇਲੇ ਫਰੂਟ ਵੀ ਤੁਸੀਂ ਕੱਟ ਕੱਟ ਸਿੱਟੇ ਹੋਏ ਨੇ। ਜੇ ਆਪਣਾ ਜੀ ਕਰਦਾ ਉਹਨਾਂ ਦਾ ਨਹੀਂ ਕਰਦਾ? ਕਿਹਨਾਂ ਵਾਸਤੇ? ਜਾਨਵਰਾਂ ਵਾਸਤੇ। ਹਾਂ ਹਾਂ ਹਾਂ, ਮੈਂ ਦੇਖਿਆ ਬਾਈ ਜੀ ਤੁਸੀਂ ਪਾਣੀ ਬਹੁਤ ਵੇਸਟ ਕਰਦੇ ਹੋ। ਅੱਛਾ, ਆ ਜਾ ਫਿਰ ਇੱਧਰ ਦੀ। ਆਹ ਦੇਖਾ ਮੇਰਾ ਖਜ਼ਾਨਾ। ਆਹ ਕਿਹੜਾ ਖਜ਼ਾਨਾ ਬਾਈ ਜੀ? ਇਹ ਤਾਂ ਖਾਲੀ ਲੱਗਦਾ। ਆ ਜਾ, ਜਿਹੜਾ ਵੀ ਬਾਰਿਸ਼ ਪੈਂਦੀ ਆ ਉਹਦਾ, ਮੇਰੇ ਵਿਹੜੇ ਦਾ, ਮੇਰੇ ਕੋਠਿਆਂ ਦਾ, ਤਕਰੀਬਨ ਇੱਕ, ਤੈਨੂੰ ਇਹ ਪਤਾ, ਇੱਕ ਸਾਲ 'ਚ ਇੱਕ ਬਿਸਵੇ ਦੇ ਵਿੱਚ ਬਾਰਿਸ਼ ਹੁੰਦੀ ਆ 30,000 ਸਮਥਿੰਗ ਲੀਟਰ ਦੀ, 30,000 ਲੀਟਰ ਇੱਕ ਬਿਸਵੇ। ਓਕੇ, ਮੇਰੇ ਹੈਗੇ ਇੱਥੇ 13 ਬਿਸਵੇ, ਮੇਰੇ 3,93,000 ਲੀਟਰ ਪਾਣੀ ਮੈਂ ਉੱਥੇ ਸਾਲ ਦਾ ਸੇਵ ਕਰਦਾ, 3,93,000। ਅੱਛਾ ਜੀ। ਮੈਂ ਵਰਤਦਾ ਪਰ ਹੈੱਡ, ਆਪਾਂ ਡੇਲੀ 90 ਲੀਟਰ ਪਾਣੀ ਯੂਜ਼ ਕਰਦੇ ਹਾਂ, ਅਸੀਂ ਦੋ ਜਾਣੇ ਹਾਂ, ਅਸੀਂ 180 ਲੀਟਰ ਪਾਣੀ ਡੇਲੀ ਯੂਜ਼ ਕਰਦੇ ਹਾਂ। ਓਕੇ, ਸਾਲ ਦਾ 64,000 ਹੋ ਗਿਆ, ਰਾਊਂਡ ਫਿਗਰ 1,00,000 ਲੀਟਰ ਪਾਣੀ ਲਾ ਲਾ ਵੀ ਅਸੀਂ ਇਸ ਘਰ 'ਚ ਬੂਟਿਆਂ ਦਾ ਜਾਂ ਜਾਨਵਰਾਂ ਦਾ ਅਸੀਂ 1,00,000 ਲੀਟਰ ਪਾਣੀ ਯੂਜ਼ ਕਰਦੇ ਹਾਂ, ਪਰ ਫਿਰ ਵੀ 2,93,000 ਲੀਟਰ ਪਾਣੀ ਮੇਰਾ ਇਹਦੇ 'ਚ ਸੇਵ ਪਿਆ। ਯਾਨੀ ਇਹ ਪਾਣੀ ਵਾਪਸ ਜ਼ਮੀਨ 'ਚ ਜਾਂਦਾ? ਹਾਂ, ਇਹ ਜ਼ਮੀਨ 'ਚ ਜਾਂਦਾ। ਜਿਹੜਾ ਫਰੂਟ ਤੁਸੀਂ ਕਹਿੰਦੇ ਸੀਗੇ ਉੱਤੇ ਪਾਇਆ ਹੋਇਆ ਵਾ, ਕੇਲੇ, ਫਰੂਟ ਕੱਟ ਕੇ ਕਾਹਤੋਂ ਪਾਏ ਸੀ ਪੰਛੀਆਂ ਨੂੰ? ਆ ਜਾ ਫਿਰ ਚਾਹ ਬਾਅਦ 'ਚ ਪੀਓ। ਆ ਜਾ, ਮੈਂ ਜਿਹੜੇ ਤੂੰ ਫਰੂਟਾਂ ਦੀ ਗੱਲ ਕਰਦਾ ਸੀ ਨਾ, ਉਹ ਆਪਣੇ ਘਰੇ ਲਾਏ ਹੋਏ ਆ ਫਰੂਟ। ਅੱਛਾ ਜੀ। ਲੈਣ ਨਹੀਂ ਜਾਣੇ, ਕੇਲੇ ਵੀ ਘਰੇ ਆ, ਕੇਲਾ ਉੱਤੇ ਹੀ ਪੱਕਦਾ, ਐਂ ਖਾਣਾ। ਅੱਛਾ, ਇੱਦਾਂ ਹੀ ਪੱਕ ਜਾਂਦਾ ਕੇਲਾ ਲੱਗਿਆ ਲਗਾਇਆ? ਉੱਤੋਂ ਹੀ ਤੋੜਨਾ ਇਹ। ਆਹ ਦੇਖ ਜਿਹੜੇ ਆਹ ਫਰੂਟ ਮੇਰੇ ਛੋਟੇ ਜਾਨਵਰਾਂ ਲਈ ਲਾਏ ਹੋਏ ਆ ਸਪੈਸ਼ਲ। ਓਕੇ, ਇਹ ਠੀਕ ਹੈ ਜੀ, ਇਹਨੂੰ ਛੋਟਾ ਜਾਨਵਰ ਹੀ ਖਾਊਗਾ। ਵੇਲ ਮੇਰੀ ਛੋਟੇ ਉਹਦੇ ਨਾਲ ਹੀ ਲਾਈ ਹੋਈ ਆ, ਛੋਟੇ ਜਾਨਵਰਾਂ ਲਈ, ਪੰਛੀਆਂ, ਛੋਟੇ ਪੰਛੀਆਂ, ਛੋਟੇ ਪੰਛੀਆਂ ਲਈ। ਬਹੁਤ ਪੰਛੀ ਆਉਂਦੇ ਆ, ਬਹੁਤ ਫਰੂਟ ਖਾਂਦੇ ਆ ਅਤੇ ਖੁਸ਼ ਰਹਿੰਦੇ ਆ। ਚਲੋ, ਛੋਟੇ ਪੰਛੀਆਂ ਦੇ ਵਾਸਤੇ ਆਹ ਅੰਗੂਰ ਹੁੰਦੇ ਆ, ਇਹ ਛੋਟੇ ਬੁਲਬੁਲ ਬਹੁਤ ਖਾਂਦੀ ਆ। ਅੱਛਾ ਜੀ। ਆਹ ਕੇਲਾ ਹੁੰਦਾ, ਇਹਨੇ ਬਹੁਤ ਖਾਣਾ। ਇਹ ਆਹ ਅੰਜੀਰ ਆ, ਅੰਜੀਰ ਜਿਹੜੀ ਬਾਜ਼ਾਰ 'ਚ ਨਹੀਂ ਵੜਦੀ। ਅੱਛਾ ਜੀ। ਉਹ ਅੰਜੀਰ ਆ, ਇਹਨੂੰ ਵੀ ਜਾਨਵਰ ਬਹੁਤ ਖਾਂਦੇ ਆ। ਯਾਨੀ ਇਹ ਜਾਨਵਰਾਂ ਵਾਸਤੇ ਲਾਏ ਆ ਤੁਸੀਂ? ਸਾਰੇ ਫਰੂਟ ਇਹ ਜਾਨਵਰਾਂ ਵਾਸਤੇ ਹੀ ਆ। ਠੀਕ ਆ, ਅਸੀਂ ਤਾਂ ਘੱਟ ਹੀ ਅਸੀਂ ਖਾਂਦੇ ਹੁੰਦੇ। ਬਾਈ ਜੀ ਹਰਿਆਲੀ ਬਹੁਤ ਆ ਘਰੇ, ਪੰਛੀ ਬੜੇ ਤਰ੍ਹਾਂ ਤਰ੍ਹਾਂ ਦੇ ਆਉਂਦੇ ਇੱਥੇ ਤਾਂ, ਹੈ ਕਈ, ਕੋਈ ਪੰਛੀ ਇਹੋ ਜਿਹਾ ਹੈ ਹੀ ਨਹੀਂ ਜਿਹੜਾ ਨਹੀਂ ਆਉਂਦਾ ਆਪਣੇ ਘਰੇ। ਮੋਰ ਵੀ ਸਾਰੇ, ਤਕਰੀਬਨ ਸਾਰੇ ਤਰ੍ਹਾਂ ਦੇ ਆਉਂਦੇ ਆ, ਕਿਰਪਾ ਮਾਲਕ ਦੀ ਬਸ। ਹਰਿਆਲੀ ਬੜੀ ਜ਼ਿਆਦਾ ਆ ਭਾਅ ਜੀ, ਬਹੁਤ ਸੋਹਣਾ ਉਪਰਾਲਾ ਤੁਹਾਡਾ, ਪੰਛੀਆਂ ਵਾਸਤੇ ਵੀ ਅਤੇ ਕੁਦਰਤ ਵਾਸਤੇ ਵੀ। ਜਿਹੜਾ ਤੁਸੀਂ ਖਜ਼ਾਨੇ ਵਾਲਾ ਸਿਸਟਮ ਦਿਖਾਇਆ ਉਹ ਤਾਂ ਵਾਕਈ ਤੁਹਾਡਾ ਲਾਜਵਾਬ ਉਪਰਾਲਾ ਜੀ।